ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਜੀ ਸਾਡੀ YouTube ਚੈਨਲ Harika Job Alert ਤੇ ਦੋਸਤੋ ਜੇਕਰ ਤੁਸੀਂ ਚੈਨਲ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ ਦੋਸਤੋ ਅੱਜ ਦੀ ਜਿਹੜੀ ਅਪਡੇਟ ਲੈ ਕੇ ਆਉਣ ਲੈ ਕੇ ਆਇਆ ਨਾਇਲਟ ਵੱਲੋਂ ਨਾਇਲਟ ਹੈ ਜੀ ਨੈਸ਼ਨਲ ਇੰਸਟੀਟਿਊਟ ਆਫ ਇਲੈਕਟ੍ਰੋਨਿਕਸ ਐਂਡ ਇਨਫੋਰਮੇਸ਼ਨ ਟੈਕਨੋਲੋਜੀ ਆਟੋਨੋਮਸ ਸੈਂਟੀਫਿਕ ਸੁਸਾਇਟੀ ਹੈ ਇੱਕ ਮਿਨਿਸਟਰੀ ਆਫ ਇਲੈਕਟ੍ਰੋਨਿਕਸ ਐਂਡ ਇਨਫੋਰਮੇਸ਼ਨ ਟੈਕਨੋਲੋਜੀ ਕਾਉਂਸਲ ਆਫ ਇੰਡੀਆ ਦੀ ਤੇ ਇਹਦਾ ਜ ਤੇ ਇਹਦੇ ਵਿੱਚ ਇਸ਼ਤਿਹਾਰ ਆ ਦੋਸਤੋ ਕੰਟਰੈਕਚੁਅਲ ਜਿਹੜੀਆਂ ਪੋਸਟਾਂ ਨੇ ਕੰਟਰੈਕਚੁਅਲ ਬੇਸਿਸ ਤੇ ਭਰਤੀ ਕੀਤੀ ਜਾਣੀ ਆ ਜਿਹਦੇ ਵਿੱਚ ਕੰਪਿਊਟਰ ਆਪਰੇਟਰ ਦੀ ਇੱਕ ਪੋਸਟ ਹੈ ਸੈਲਰੀ ਮਿਲਣੀ ਹੈ ਜੀ 12500 ਰੁਪਏ ਪਲੇਸ ਆਫ ਡਿਪਲॉयਮੈਂਟ ਹੈ ਜੀ ਐਸਬੀਐਸ ਨਗਰ ਸ਼ਹੀਦ ਭਗਤ ਸਿੰਘ ਨਗਰ ਵਿਖੇ ਤੁਹਾਡੀ ਪੋਸਟਿੰਗ ਹੋਣੀ ਆ ਤੇ ਇਹ ਹੋਣੀ ਆ ਜੀ 30 6 2023 ਤੱਕ ਠੀਕ ਹੈ 30 6 2023 ਤੱਕ ਦਾ ਕੰਟਰੈਕਟ ਹੈ ਬਟ ਐਕਸਟੈਂਡੇਬਲ ਹੁੰਦਾ ਇਹਦੇ ਵਿੱਚ ਕੰਟਰੈਕਟ ਤੁਹਾਡੀ ਪਰਫਾਰਮੈਂਸ ਦੇ ਬੀਜ ਤੇ ਉਸ ਤੋਂ ਬਾਅਦ ਜੀ ਡਾਟਾਬੇਸ ਐਡਮਿਨਿਸਟਰੇਟਰ ਡੀਬੀਏ ਦੀ ਪੋਸਟ ਹੈ ਜੀ ਇੱਕ ਪੋਸਟ ਹੈ 21955 ਸੈਲਰੀ ਮਿਲਣੀ ਹੈ ਮੁਖਾਲੀ ਵਿਖੇ ਜਿਹੜੀ ਤੁਹਾਡੀ ਪੋਸਟਿੰਗ ਹੋਣੀ ਹੈ ਇਨੀਸ਼ੀਅਲੀ 6 ਮੰਥਸ ਲਈ ਹੋਣੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਈਟੀ ਐਨਾਲਿਸਟ ਦੀਆਂ ਦੋ ਪੋਸਟਾਂ ਹੈ 25000 ਸੈਲਰੀ ਮਿਲਣੀ ਹੈ ਜੀ ਪਟਿਆਲਾ ਵਿਖੇ ਤੁਹਾਡੀ ਪੋਸਟਿੰਗ ਹੋਣੀ ਹੈ 31 12 2023 ਤੱਕ ਇਹ ਜਿਹੜੀ ਪੋਸਟਿੰਗ ਹੋਣੀ ਹੈ ਤੇ ਇਹਦੇ ਵਿੱਚ ਦੋਸਤੋ ਜਿਹੜੀ ਇਹ ਭਰਤੀ ਆ ਕਿੱਦਾਂ ਅਪਲਾਈ ਕਰਨਾ ਕੀ ਸਿਸਟਮ ਹੈ ਇਹ ਮੈਂ ਤੁਹਾਨੂੰ ਪੂਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਦੇ ਦੇਣਾ ਤੇ ਹੁਣ ਇਹਦਾ ਡਿਟੇਲਸ ਹੈ ਜਾਣਦੇ ਆ ਵੀ ਇਹਦੇ ਵਿੱਚ ਪੋਸਟਾਂ ਕੀ ਸਿਸਟਮ ਹੈ ਕੰਪਿਊਟਰ ਆਪਰੇਟਰ ਦੀ ਜਿਹੜੀ ਦੋਸਤੋ ਇਹਦੇ ਵਿੱਚ ਭਰਤੀ ਆ ਉਹਦੇ ਵਿੱਚ ਇੱਕ ਪੋਸਟ ਹੈ SBS ਨਗਰ ਵਿਖੇ ਪੋਸਟਿੰਗ 12500 ਸੈਲਰੀ ਆ ਇਨੀਸ਼ੀਅਲੀ ਜਿਹੜਾ ਤੁਹਾਡਾ ਕੰਟਰੈਕਟ ਆ ਉਹ 30/6/2023 ਤੱਕ ਹੈ ਕੁਆਲਿਫੀਕੇਸ਼ਨ ਇਹਦੀ ਮਿਨੀਮਮ ਤੁਸੀਂ ਗ੍ਰੈਜੂਏਟ ਡਿਗਰੀ ਤੁਹਾਡੇ ਕੋਲ ਹੋਣੀ ਚਾਹੀਦੀ ਆ ਫਰੋਮ ਅ ਰੈਕਗਨਾਈਜ਼ ਯੂਨੀਵਰਸਿਟੀ ਮਿਨੀਮਮ 1 ਇਅਰ ਕੋਰਸ ਹੋਣਾ ਚਾਹੀਦਾ ਕੰਪਿਊਟਰ ਦਾ ਜਾਂ ਆਈਟੀ ਦਾ ਠੀਕ ਆ ਜੀ ਪਾਬਕ ਜੇਕਰ ਤੁਸੀਂ ਸਿੰਪਲ ਬੀਏ ਕੀਤੀ ਆ ਤਾਂ ਤੁਹਾਡੇ ਕੋਲ 1 ਸਾਲ ਦਾ ਕੰਪਿਊਟਰ ਕੋਰਸ ਹੋਣਾ ਚਾਹੀਦਾ ਠੀਕ ਆ ਜਾਂ ਫਿਰ ਆਈਟੀ ਦਾ ਕੋਈ ਕੋਰਸ ਹੋਣਾ ਚਾਹੀਦਾ 1 ਸਾਲ ਦਾ ਕੋਈ ਡਿਪਲੋਮਾ ਹੋਵੇ ਜਾਂ ਕੋਈ ਕੋਰਸ ਕੀਤਾ ਹੋਵੇ ਤੁਸੀਂ ਉਸ ਤੋਂ ਬਾਅਦ ਜੀ ਜਿਹੜੀ ਤੁਹਾਡੀ ਨੌਲੇਜ ਆ ਲੈਂਗੁਏਜ ਦੀ ਇੰਗਲਿਸ਼ ਤੇ ਪੰਜਾਬੀ ਦੋਨੋਂ ਲੈਂਗੁਏਜ ਦੀ ਨੌਲੇਜ ਹੋਣੀ ਚਾਹੀਦੀ ਆ ਤੇ ਏਜ ਲਿਮਟ ਆ ਜਿਹੜੀ 40 ਸਾਲ ਤੱਕ ਦੇ ਕੈਂਡੀਡੇਟਸ ਅਪਲਾਈ ਕਰ ਸਕਦੇ ਆ ਤੇ ਸਕੈਨਿੰਗ ਐਂਡ ਚੈਕਿੰਗ ਆਫ ਇਨਪੁਟ ਡਾਟਾ ਐਟ ਸੈਕਟਰਾ ਠੀਕ ਹੈ ਜੀ ਤਾਂ ਕੰਮ ਕੀ ਆ ਤੁਹਾਡਾ ਸਕੈਨਿੰਗ ਐਂਡ ਚੈਕਿੰਗ ਕਰਨੀ ਆ ਤੁਸੀਂ ਜੋ ਵੀ ਤੁਹਾਡੇ ਕੋਲ ਡਾਟਾ ਆਏਗਾ ਉਹਦੀ ਤੇ ਵਰਕਿੰਗ ਡੇਜ਼ ਨੇ ਜਿਹੜੇ 6 ਡੇਜ਼ ਅ ਵੀਕ ਠੀਕ ਹੈ ਜੀ 6 ਦਿਨ ਤੁਹਾਨੂੰ ਕੰਮ ਹੋਏਗਾ ਹਫਤੇ ਇਸ ਭਰਤੀ ਦੇ ਲਈ ਤੁਹਾਡੀ ਡਾਇਰੈਕਟ ਵਾਕ ਇਨ ਇੰਟਰਵਿਊ ਰੱਖੀ ਗਈ ਹੈ ਜੀ ਭਾਵ ਕਿ ਕੰਪਿਊਟਰ ਆਪਰੇਟਰ ਲਈ ਤੁਹਾਡੀ ਵਾਕ ਇਨ ਇੰਟਰਵਿਊ ਹੋਣੀ ਆ ਉਸ ਤੋਂ ਬਾਅਦ ਜੀ ਨੈਕਸਟ ਜਿਹੜੀ ਪੋਸਟ ਆ ਡਾਟਾਬੇਸ ਐਡਮਿਨਿਸਟਰੇਟਰ ਦੀ ਡੀਬੀਏ ਦੀ ਪੋਸਟ ਹੈ ਜੀ ਠੀਕ ਹੈ ਜੀ ਤੇ ਇਹਦੇ ਲਈ ਦੋਸਤੋ ਮੋਹਾਲੀ ਵੀ ਖੇ ਤੁਹਾਡੀ ਪੋਸਟਿੰਗ ਹੋਣੀ ਆ 21955 ਸੈਲਰੀ ਹੈ ਜੀ ਤੇ ਉਸ ਤੋਂ ਬਾਅਦ ਜੀ ਕੁਆਲੀਫਿਕੇਸ਼ਨਰਲੀ ਨੋਟ ਕਰ ਲਓ ਸੀ ਬੀਈ ਜਾਂ ਬੀਟੈਕ ਕੀਤੀ ਹੋਵੇ ਸੀਐਸ ਜਾਂ ਆਈਟੀ ਦੇ ਵਿੱਚ ਜਾਂ ਐਮਸੀਏ ਕੀਤੀ ਹੋਵੇ ਜਾਂ ਐਮਐਸਸੀ ਆਈਟੀ ਕੀਤੀ ਹੋਵੇ ਜਾਂ ਫਿਰ ਬੀ ਲੈਵਲ ਦਾ ਤੁਹਾਡੇ ਕੋਲ ਸਰਟੀਫਿਕੇਟ ਹੋਵੇ ਨਾਇਲਟ ਵਾਲਾ ਤੇ ਉਸ ਤੋਂ ਬਾਅਦ ਜੀ ਜੇਕਰ ਤੁਸੀਂ ਗ੍ਰੈਜੂਏਸ਼ਨ ਸਿੰਪਲ ਗ੍ਰੈਜੂਏਸ਼ਨ ਕੀਤੀ ਆ ਤੇ ਏ ਲੈਵਲ ਦਾ ਤੁਹਾਡੇ ਕੋਲ ਸਰਟੀਫਿਕੇਟ ਹੈਗਾ ਨਾਇਲਟ ਜਾਂ ਡੁਆਕ ਦੁਆਰਾ ਬਣਾਇਆ ਹੋਇਆ ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਜੀ 6 ਮੰਥਸ ਇਨ ਡਾਟਾਬੇਸ ਐਡਮਿਨਿਸਟ੍ਰੇਸ਼ਨ ਜਿਹੜੀ ਤੁਹਾਡੀ ਪੋਸਟ ਕੁਆਲਿਫਿਕੇਸ਼ਨ ਐਕਸਪੀਰੀਅੰਸ ਚਾਹੀਦਾ ਜੇਕਰ ਤੁਸੀਂ ਗ੍ਰੈਜੂਏਸ਼ਨ ਸਿੰਪਲ ਗ੍ਰੈਜੂਏਸ਼ਨ ਕੀਤੀ ਹੋਈ ਆ ਤੇ ਏ ਲੈਵਲ ਦਾ ਸਰਟੀਫਿਕੇਟ ਦੇ ਬੇਸਿਸ ਤੇ ਅਪਲਾਈ ਕਰ ਰਹੇ ਹੋ ਤਾਂ ਤੁਹਾਡੇ ਕੋਲ 6 ਮੰਥਸ ਦਾ ਡਾਟਾ ਐਡਮਿਨਿਸਟਰਰ ਦਾ ਐਡਮਿਨਿਸਟ੍ਰੇਸ਼ਨ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਸਕਿਲਸ ਤੁਹਾਡੇ ਕੋਲ ਹੋਣੇ ਚਾਹੀਦੇ ਆ ਤੇ ਜੇਕਰ ਤੁਸੀਂ ਬੀ ਬੀਟੈਕ ਕੀਤੀ ਐਮਸੀਏ ਕੀਤੀ ਐਮਸੀਆਈਟੀ ਕੀਤਾ ਤਾਂ ਕੋਈ ਵੀ ਐਕਸਪੀਰੀਅੰਸ ਰਿਕੁਆਇਰਡ ਨਹੀਂ ਹੈਗਾ ਤੇ ਪੰਜਾਬੀ ਪਾਸ ਚਾਹੀਦੀ ਹੈ ਜੀ 10ਵੀਂ ਜਾਂ 12ਵੀਂ ਦੇ ਵਿੱਚ ਪੰਜਾਬ 35 ਸਾਲ ਤੱਕ ਦੀ ਏਜ ਲਿਮਟ ਆ ਦੋਸਤੋ ਤੇ ਨੌਲੇਜ ਹੋਣੀ ਚਾਹੀਦੀ ਹੈ ਤੁਹਾਨੂੰ ਐਸਕਯੂਐਲ ਸਰਵਰ ਦੀ ਕੋਆਰਡੀਨੇਸ਼ਨ ਵਿਦ ਕਲਾਇੰਟ ਅਫੀਸ਼ੀਅਲਸ ਹੈਂਡਲਿੰਗ ਕੰਪਲੇਂਟ ਸੈਂਟਰ ਜਨਰੇਸ਼ਨ ਆਫ ਰਿਪੋਰਟਸ ਸੋਲਵਿੰਗ ਟੈਕਨੀਕਲ ਇਸ਼ੂਜ਼ ਮੈਨੇਜ ਅ ਟੀਮ ਆਫ ਆਪਰੇਟਰਸ ਤਾਂ ਇਹ ਜਿਹੜੇ ਤੁਹਾਡੇ ਕੰਮ ਹੋਣਗੇ ਉੱਥੇ ਤੇ ਇਹਦੇ ਵਿੱਚ ਜੇ ਸੈਲਰੀ ਦੀ ਗੱਲ ਕਰੀਏ ਤਾਂ ਸੀਟੀਸੀ ਤੁਹਾਡਾ 21955 ਤੇ ਜਿਹੜੀ ਤੁਹਾਡੀ ਪੇਅਬਲ ਸੈਲਰੀ ਉਹ 17972 ਹੋਏਗੀ ਠੀਕ ਹੈ ਕਟਕਟਾ ਕੇ ਜੋ ਵੀ ਕੱਟਣਗੇ ਪੀਐਫ ਵਗੈਰਾ ਤਾਂ ਕਟ-ਕਟਾ ਕੇ ਜਿਹੜੀ 17972 ਤੁਹਾਨੂੰ ਮਿਲਣੀ ਹੈ ਉਸ ਤੋਂ ਬਾਅਦ ਜੀ ਸਿਲੈਕਸ਼ਨ ਕ੍ਰਾਈਟੀਰੀਆ ਦੇ ਵਿੱਚ ਰਿਟਨ ਟੈਸਟ ਤੁਹਾਡਾ ਹੋਣਾ ਹੈ ਐਮਸੀਕਿਊ ਜਾਂ ਡਿਸਕ੍ਰਿਪਟਿਵ ਬੇਸ ਜੋ ਵੀ ਹੈ ਰਿਟਨ ਟੈਸਟ ਤੇ ਵੌਕਰ ਇੰਟਰਵਿਊ ਹੋਣੀ ਹੈ ਤੁਹਾਡੀ ਸਿਲੈਕਸ਼ਨ ਦੇ ਲਈ ਡਾਟਾਬੇਸ ਐਡਮਿਨਿਸਟਰेटर ਦੇ ਲਈ ਉਸ ਤੋਂ ਬਾਅਦ ਜੀ ਤੀਜੇ ਨੰਬਰ ਵਾਲੀ ਜਿਹੜੀ ਪੋਸਟ ਆਰਟੀ ਅਨਲਿਸਟ ਦੀਆਂ ਦੋ ਪੋਸਟਾਂ ਇਹਦੇ ਵਿੱਚ ਪੋਸਟਿੰਗ ਪਟਿਆਲਾ ਦੀ 25000 ਸੈਲਰੀ ਹੈ ਜੀ ਤੇ ਇਹਦੇ ਵਿੱਚ ਦੋਸਤੋ 31 12 23 ਦਾ ਕੰਟਰੈਕਟ ਆ ਬੀ ਟੈਕ ਕੰਪਿਊਟਰ ਸਾਇੰਸ ਦੇ ਵਿੱਚ ਤੁਸੀਂ ਕੀਤੀ ਹੋਵੇ ਫਸਟ ਡਿਵੀਜ਼ਨ ਦੇ ਵਿੱਚ ਜਾਂ ਫਿਰ ਐਮ ਸੀ اے ਕੀਤੀ ਹੋਵੇ ਪ੍ਰੇਫਰਬਲੀ ਰੈਗੂਲਰ ਵਿਦ ਫਸਟ ਡਿਵੀਜ਼ਨ ਠੀਕ ਆ ਇਹ ਵੀ ਤੁਸੀਂ ਫਸਟ ਡਿਵੀਜ਼ਨ ਦੇ ਵਿੱਚ ਕੀਤੀ ਹੋਵੇ ਤੇ ਫਰੋਮ ਅ ਰੈਕਗਨਾਈਜ਼ਡ ਯੂਨੀਵਰਸਿਟੀ ਤੇ ਦਸਵੀਂ ਦੇ ਵਿੱਚ ਪੰਜਾਬੀ ਪਾਸ ਹੋਣੀ ਚਾਹੀਦੀ ਹੋ ਮੇਨਟੇਨਿੰਗ ਐਂਡ ਐਨਾਲਿਸਿਸ ਆਫ ਡਾਟਾ ਐਂਡ ਇਨਵੋਲਵਸ ਟੂਰਿੰਗ ਠੀਕ ਆ ਜੀ ਤਾਂ ਡਾਟਾ ਐਨਾਲਿਸਿਸ ਵਗੈਰਾ ਤੁਸੀਂ ਇਹਦੇ ਵਿੱਚ ਕਰਨੀ ਆ ਦਸਵੀਂ ਦੇ 12ਵੀਂ ਵਿੱਚ ਪੰਜਾਬੀ ਪਾਸ ਹੋਣੀ ਚਾਹੀਦੀ ਹੋ ਏਜ ਲਿਮਿਟ 35 ਸਾਲ ਤੱਕ ਦੀ ਹੈ ਤੇ ਇਹਦੇ ਵਿੱਚ ਜਿਹੜੀ ਤੁਹਾਨੂੰ ਸੈਲਰੀ ਮਿਲਣੀ ਆ ਉਹ ਪੂਰੀ ਸੈਲਰੀ ਮਿਲਣੀ ਆ 25000 ਰੁਪਇਆ ਠੀਕ ਆ ईपीएफ ਵਗੈਰਾ ਦਾ ਇਹਦੇ ਵਿੱਚ ਕੋਈ ਜ਼ਿਕਰ ਨਹੀਂ ਕੀਤਾ ਹੋਇਆ ਤੇ ਇਹਦੇ ਲਈ ਸਿਲੈਕਸ਼ਨ ਕ੍ਰਾਈਟੀਰੀਆ ਜੀ ਰਿਟਨ ਟੈਸਟ ਹੋਣਾ ਤੇ ਵੋਕੈਂਟਰੀ ਵੀ ਹੋਣੀ ਆ ਦੋ ਚੀਜ਼ਾਂ ਹੋਣੀਆਂ ਤੁਹਾਡੀ ਸਿਲੈਕਸ਼ਨ ਦੇ ਲਈ ਤਾਂ ਇਹ ਪੋਸਟਾਂ ਸੀਗੀਆਂ ਉਹਨਾਂ ਨੂੰ ਅਪਲਾਈ ਕਿੱਦਾਂ ਕਰਨਾ ਇਨਸਟਰਕਸ਼ਨਸ ਨੋਟ ਕਰ ਲਓ ਦੋਸਤੋ ਤਾਂ ਇਹਦੇ ਲਈ ਦੋਸਤੋ ਤੁਸੀਂ ਜਿਹੜੇ ਵੀ ਕੈਂਡੀਡੇਟ ਅਪਲਾਈ ਕਰਨਾ ਚਾਹੁੰਦੇ ਆ ਇਹ ਫਾਰਮ ਆ ਜੀ ਇਹ ਫਾਰਮ ਭਰਨ ਤੋਂ ਬਾਅਦ ਤੁਸੀਂ ਇਨ ਪਰਸਨ ਉੱਥੇ ਪਹੁੰਚਣਾ ਇਨ ਪਰਸਨ ਭਾਵ ਕਿ ਖੁਦ ਜਾਣਾ ਜਿਵੇਂ ਹੁਣ ਕੰਪਿਊਟਰ ਆਪਰੇਟਰ ਵਾਲੇ ਕੈਂਡੀਡੇਟ ਨੇ ਠੀਕ ਹੈ ਤਾਂ ਇਹਨਾਂ ਨੇ 14 14 ਫਰਵਰੀ 2023 ਨੂੰ ਐਪਲੀਕੇਸ਼ਨ ਫਾਰਮ ਤੇ ਫੀਸ ਸਬਮਿਸ਼ਨ ਦਾ ਟਾਈਮ ਆ ਜਿਹੜਾ 9:45 ਤੋਂ 12:45 ਦਾ ਫਿਰ ਇਹਨਾਂ ਦੀ ਚੈਕਿੰਗ ਹੋਵੇਗੀ ਐਲੀਜੀਬਿਲਟੀ ਦੀ ਠੀਕ ਹੈ 9:30 ਤੋਂ 1 ਵਜੇ ਤੱਕ MCQ ਟੈਸਟ ਇਹਨਾਂ ਦਾ ਨਹੀਂ ਹੋਣਾ ਕੰਪਿਊਟਰ ਆਪਰੇਟਰ ਦਾ ਡਾਇਰੈਕਟ ਇੰਟਰਵਿਊ ਹੋਣੀ ਹੈ 11 ਵਜੇ ਤੋਂ ਬਾਅਦ ਕੰਪਿਊਟਰ ਆਪਰੇਟਰ ਦੀ ਤੇ ਜਿਹੜੇ ਡੀਬੀਏ ਤੇ ਆਈਟੀ ਅਨਾਲਿਸਟ ਵਾਲੇ ਇਹਨਾਂ ਨੇ ਪਹਿਲਾਂ ਫਾਰਮ ਸਬਮਿਟ ਕਰਨਾ ਫੀਸ ਸਬਮਿਟ ਕਰਨੀ ਆ 9:30 ਤੋਂ 12 ਵਜੇ ਤੱਕ 14 ਫਰਵਰੀ 2023 ਨੂੰ ਉਸ ਤੋਂ ਬਾਅਦ ਜੀ ਚੈਕਿੰਗ ਹੋਣੀ ਐ ਐਲੀਜੀਬਿਲਟੀ ਦੀ 9:45 ਤੋਂ 12 ਤੱਕ ਐਮਸੀਕਿਊ ਟੈਸਟ ਹੋਣਾ ਜੀ 12:15 ਤੋਂ ਸਵਾ 1 ਤੱਕ ਡੀਬੀਏ ਦਾ ਸਵਾ 12 ਤੋਂ ਜਿਹੜਾ 1:15 ਤੱਕ ਜਿਹੜਾ ਆਈਟੀ ਅਨਾਲਿਸਟ ਦਾ ਹੋਣਾ ਉਸ ਤੋਂ ਬਾਅਦ ਜੀ 3:30 ਵਜੇ ਡੀਬੀਏ ਦੀ ਇੰਟਰਵਿਊ ਹੋਣੀ ਆ ਤੇ ਆਈਡੀ ਅਨਾਲਿਸਟ ਦੀ ਜਿਹੜੀ ਇੰਟਰਵਿਊ ਬਾਅਦ ਦੇ ਵਿੱਚ ਜੀ ਡਿਸਪਲੇ ਕੀਤੀ ਜਾਏਗੀ ਇਹਨਾਂ ਦੀ ਵੈਬਸਾਈਟ ਤੇ ਉਹ ਤੁਸੀਂ ਸਮੇਂ-ਸਮੇਂ ਸਰ ਚੈੱਕ ਕਰਦੇ ਰਹਿਣਾ ਤੇ ਇਹਨਾਂ ਦਾ ਐਡਰੈਸ ਹੈ ਜੀ ਨਾਇਲਟ ਰੂਪਨਗਰ ਕੈਂਪਸ ਬਿਰਲਾ ਫਾਰਮਜ਼ ਬੜਾ ਫੁੱਲ ਰੂਪਨਗਰ ਇੱਥੇ ਤੁਸੀਂ ਪਹੁੰਚਣਾ ਜੇ ਕੋਈ ਕੈਂਡੀਡੇਟ ਅਪਲਾਈ ਕਰਨਾ ਚਾਹੁੰਦਾ ਇਹਦੇ ਵਿੱਚ ਤੇ ਉਸ ਤੋਂ ਬਾਅਦ ਜੀ ਆਪਣੇ origignal documents ਪਲੱਸ self attested photocopies ਆਪਣੀਆਂ ਨਾਲ ਲੈ ਜਾਣੀਆਂ ਇਹਨੇ ਤੇ ਇਹਦੇ ਵਿੱਚ ਦੋਸਤੋ ਫੀਸ ਨੋਟ ਕਰ ਲਓ 500 ਰੁਪਏ ਫੀਸ ਹੈ ਜੀ ਜਨਰਲ ਕੈਟਾਗਰੀ FCST PWDD ਤੇ ਔਰਮਨ ਕੈਂਡੀਡੇਟਸ ਲਈ 250 ਰੁਪਏ ਫੀਸ ਹੈ ਜੀ ਤੇ ਇਹ ਤੁਸੀਂ ਬੈਂਕ ਡਰਾਫਟ ਜਾਂ ਬੈਂਕ ਪੇ ਆਰਡਰ ਦੇ ਰੂਪ ਦੇ ਵਿੱਚ ਪੇ ਕਰ ਸਕਦੇ ਹੋ ਫੀਸ ਜੇਕਰ ਤੁਸੀਂ ਉੱਥੇ ਜਮ੍ਹਾਂ ਕਰਨੀ ਚਾਹੁੰਦੇ ਹੋ ਫੀਸ ਇਨ ਪਰਸਨ ਜੋ ਤੁਸੀਂ ਉੱਥੇ ਫਾਰਮ ਜਮ੍ਹਾਂ ਕਰਵਾਉਣ ਜਾਓਗੇ ਤਾਂ ਤੁਸੀਂ ਆਪਣਾ ਡੈਬਿਟ ਜਾਂ ਕ੍ਰੈਡਿਟ ਕਾਰਡ ਸਵਾਈਪ ਕਰਕੇ ਵੀ ਉੱਥੇ ਆਪਣੀ ਫੀਸ ਪੇ ਕਰ ਸਕਦੇ ਹੋ ਔਨ ਦਾ ਸਪਾਟ ਠੀਕ ਹੈ ਜੀ ਤੇ ਇੱਥੇ ਡਾਕੂਮੈਂਟਸ ਲਿਖਿਆ ਕਿਹੜੇ-ਕਿਹੜੇ ਡਾਕੂਮੈਂਟ ਤੁਸੀਂ 셀ਫ ਟੈਸਟਡ ਡਾਕੂਮੈਂਟ ਨਾਲ ਅਟੈਚ ਕਰਨੇ ਆ ਇਹ ਨੋਟ ਕਰ ਲਓ ਦੋਸਤੋ ਤੇ ਬਾਕੀ ਕੁਝ ਨਹੀਂ ਪਤਾ ਲੱਗ ਰਿਹਾ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰ ਸਕਦੇ ਹੋ ਤੇ ਇੱਥੇ ਸਾਰਾ ਡਿਟੇਲ ਇਹਨੇ ਦਿੱਤੀ ਹੋਈ ਹੈ ਤੇ ਬਾਕੀ ਅਪਡੇਟਸ ਹੀ ਸਾਡਾ ਬਣੇ ਰਹੋ ਜੁੜੇ ਰਹੋ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ ਦੋਸਤੋ ਸਾਸਿਕ